ਕੋਈ ਪੰਗੀ ਪਿੰਡ ਦੀ ਗੰਦਗੀ ਸਿੱਟਣ ਦਾ ਕੰਮ ਕਰਦਾ ਸੀ ਉਹ ਅਤਰ ਵਾਲੀ ਦੁਕਾਨ ਤੇ ਚਲਾ ਗਿਆ, ਬੇਹੋਸ਼ ਹੋ ਗਿਆ। ਉਹਨੂੰ ਅਤਰ ਮਾਫ ਨਹੀਂ ਆ। ਉਹ ਗੰਦੀ ਮੁਸ਼ਕ ਹੀ ਲੈਂਦਾ ਸੀ ਹਰ ਪਾਸੇ। ਜਦੋਂ ਉਹਨੂੰ ਚੰਗੀ ਅਤਰ ਫਲੇਲ ਦੀ ਸੁਗੰਧੀ ਮਿਲੀ, ਉਹ ਤਾਂ ਚਕਰਾ ਗਿਆ, ਬੇਹੋਸ਼ ਹੋ ਗਿਆ। ਸਾਨੂੰ ਕਿਸੇ ਦੀ ਨਿੰਦਿਆ ਕਰ ਲਓ ਬੜੀ ਚੰਗੀ ਲੱਗਦੀ ਹੈ, ਕਿਸੇ ਦੀਆਂ ਚੁਗਲੀਆਂ ਘਰਦੀਆਂ ਕਰ ਲਓ ਬੜੀ ਚੰਗੀ ਲੱਗਦੀ ਹੈ, ਮਾੜਾ ਕਹਿ ਲਓ ਚੰਗਾ ਕਹਿ ਲਓ ਬੜਾ ਚੰਗਾ ਲੱਗਦਾ। ਸਾਨੂੰ ਗੁਰੂ ਦੀ ਗੱਲ ਨਹੀਂ ਚੰਗੀ ਲੱਗਦੀ। ਸਾਡੇ ਸੁਭਾਅ ਭੰਗੀ ਵਾਲੇ ਹੋ ਗਏ, ਜਮਾਦਾਰ ਵਾਲੇ, ਕਿ ਅਸੀਂ ਗੰਦਗੀ ਢੋ ਸਕਦੇ ਹਾਂ, ਗੰਦਗੀ ਚੱਕ ਸਕਦੇ ਹਾਂ, ਪਰ ਅਸੀਂ ਅਤਰ ਫਲੇਲ ਦੀ ਸੁਗੰਧੀ ਨਹੀਂ ਲੈ ਸਕਦੇ। ਇਹ ਮਾਫਕ ਨਹੀਂ। ਬਾਬਾ ਜੀ ਸੁਣਾਉਂਦੇ ਸੀ, ਕੋਈ ਰਾਜਾ ਮਰ ਗਿਆ, ਉਹਦੀ ਥਾਂ ਤੇ ਦੂਸਰਾ ਰਾਜਾ ਬਣਾਉਣਾ ਸੀ। ਜੋ ਦੂਜਾ ਰਾਜਾ ਥਾਪਣਾ ਸੀ ਤੇ ਧਰਮ ਹੁੰਦਾ ਸੀ ਉਦੋਂ। ਵਜ਼ੀਰਾਂ ਨੇ ਕਿਹਾ ਵੀ ਹੁਣ ਆਪਾਂ ਧਰਮ ਦੇ ਨਾਲ ਰਾਜਾ ਬਣਾਈਏ। ਧਰਮ ਦੇ ਨਾਲ ਧਰਮ ਇਹ ਆ ਕਿ ਜਿਹੜਾ ਸਭ ਤੋਂ ਪਹਿਲੋਂ ਸ਼ਹਿਰ ਦਾ ਗੇਟ ਖੁਲਾਏਗਾ ਨਾ, ਉਹਨੂੰ ਰਾਜਾ ਬਣਾਇਆ ਜਾਏਗਾ। ਇਹ ਧਰਮ ਦੇ ਨਾਂ ਤੇ ਰੱਖਤਾ। ਸਭ ਤੋਂ ਪਹਿਲੋਂ ਜਮਾਦਾਰ ਨੇ ਕਿਹਾ ਵੀ ਦਰਵਾਜ਼ਾ ਖੋਲੋ, ਮੈਂ ਬਾਹਰ ਗੰਦਗੀ ਸਿੱਟਣੀ। ਸਿਪਾਹੀਆਂ ਨੇ ਉਹਨੂੰ ਲੈ ਲਿਆ, ਰਾਜ ਦਰਬਾਰ ਚ ਲੈ ਗਏ, ਇਸ਼ਨਾਨ ਪਾਣੀ ਕਰਾਇਆ, ਉਹ ਬਾਦਸ਼ਾਹ ਬਣ ਗਿਆ। ਪਰ ਬਾਦਸ਼ਾਹ ਬਣਨ ਤੋਂ ਬਾਅਦ ਉਹ ਬਿਮਾਰ ਹੋ ਗਿਆ। ਬੜੇ ਵੈਦ ਡਾਕਟਰ ਆਏ, ਉਹ ਠੀਕ ਨਹੀਂ ਹੋਇਆ। ਇੱਕ ਸਿਆਣਾ ਹਕੀਮ ਆਇਆ। ਸਿਆਣਾ ਹਕੀਮ ਉਹ ਹੁੰਦਾ ਹੈ ਜਿਹੜਾ ਬਿਮਾਰੀ ਦੀ ਜੜ ਵਿੱਚ ਜਾਵੇ। ਜਿਹੜਾ ਇਕੱਲਾ ਬਿਮਾਰੀ ਨੂੰ ਵੇਖੇ ਉਹ ਸਿਆਣਾ ਹਕੀਮ ਨਹੀਂ। ਸਿਆਣਾ ਹਕੀਮ ਉਹ ਹੈ ਕਿ ਬਿਮਾਰੀ ਦੀ ਜੜ ਵਿੱਚ ਜਾਂਦਾ, ਇਹਨੂੰ ਕਿਵੇਂ ਬਿਮਾਰੀ ਲੱਗੀ। ਇੱਕ ਜ਼ੁਕਾਮ ਹੀ ਹੈ, ਗਰਮੀ ਦਾ ਵੀ ਹੋ ਸਕਦਾ, ਸਰਦੀ ਦਾ ਵੀ ਹੋ ਸਕਦਾ। ਜਿਹੜਾ ਗਰਮੀ ਤੋਂ ਜ਼ੁਕਾਮ ਲੱਗਦਾ ਉਹਦਾ ਇਲਾਜ ਹੋ ਰਿਹਾ, ਜਿਹੜਾ ਸਰਦੀ ਤੋਂ ਲੱਗਦਾ ਉਹਦਾ ਇਲਾਜ ਹੋ ਰਿਹਾ। ਇੱਕੋ ਇਲਾਜ ਨਹੀਂ ਕਿ ਜ਼ੁਕਾਮ ਲੱਗਿਆ ਤੇ ਚੰਗੀ ਕਾੜੇ ਵਾਲੀ ਚਾਹ ਪੀ ਲਓ ਤੇ ਜ਼ੁਕਾਮ ਠੀਕ ਹੋ ਜਾਏਗਾ। ਜੇ ਕਿਸੇ ਨੂੰ ਗਰਮੀ ਤੋਂ ਜ਼ੁਕਾਮ ਲੱਗਿਆ, ਸਰਦੀ ਤੋਂ ਲੱਗਿਆ, ਉਹਨੂੰ ਗਰਮ ਚੀਜ਼ ਖਾਣੀ ਪਏਗੀ, ਗਰਮੀ ਤੋਂ ਲੱਗਿਆ ਤੇ ਠੰਡੀ ਲੈਣੀ ਪਏਗੀ। ਸਰੀਰ ਦੇ ਤਾਪਮਾਨ ਮਾਨ ਅਨੁਸਾਰ ਹਕੀਮ ਨਬਜ਼ ਫੜਦਾ ਹੈ। ਵੇਖ ਕੇ ਤਿੰਨ ਛਾਲਾਂ ਨੇ ਨਬਜ਼ ਦੀਆਂ, ਵੇਖਦਾ ਕਿ ਇਹਦੇ ਅੰਦਰ ਕਿਹੜੀ ਚੀਜ਼ ਜ਼ਿਆਦਾ ਚੱਲ ਰਹੀ, ਕਿਹੜੀ ਘੱਟ ਹੈ। ਵਾਤ ਪਿੱਤ ਤੇ ਕਾਫੇ ਵਾਏ ਆ ਸਰੀਰ ਵਿੱਚ, ਤੇ ਸਰੀਰ ਚ ਗਰਮੀ ਹੈ, ਅਗਨੀ ਹੈ ਤੇ ਕਾਫੇ, ਇਹ ਤਿੰਨ ਚੀਜ਼ਾਂ ਸਰੀਰ ਨੂੰ ਚਲਾਉਂਦੀਆਂ। ਕਿਸੇ ਚ ਵਾਏ ਵੱਜ ਜਾਂਦੀ ਹੈ, ਇਹ ਔਲਾ ਹਰਡ ਬਹੇੜਾ ਤਿੰਨ ਚੀਜ਼ਾਂ ਦਾ ਤ੍ਰਿਫੜਾ, ਫਿਰ ਵੈਦ ਉਹਨੂੰ ਜ਼ਿਆਦਾ ਪਾ ਦਿੰਦੇ ਆ ਵਿੱਚ ਤ੍ਰਿਫੜੇ ਚ। ਜੇ ਗਰਮੀ ਪਿੱਤ ਵਧੀਏ ਤੇ ਫਿਰ ਔਲਾ ਜ਼ਿਆਦਾ ਪਾ ਦਿੰਦੇ ਆ, ਉਹਦੀ ਪਿੱਤ ਠੀਕ ਹੋ ਜਾਂਦੀ ਹੈ ਤ੍ਰਿਫੜੇ ਨਾਲ। ਜਿਹੜਾ ਆਮ ਹੀ ਉਹਨੇ ਕਹਿਣਾ ਚਲੋ ਤਿੰਨੇ ਚੀਜ਼ਾਂ ਹੀ ਖਾ ਲਓ। ਸਿਆਣੇ ਹਕੀਮ ਨੇ ਵੇਖ ਕੇ ਨਬਜ਼ ਦੇਖਣਾ ਵੀ ਇਹਨੂੰ ਕਿਹੜੀ ਚੀਜ਼ ਦੀ ਜ਼ਰੂਰਤ ਸੀ। ਉਹ ਵੈਦ ਨੇ ਪੁੱਛਿਆ, ਮਹਾਰਾਜਾ ਸਾਹਿਬ ਕਦੋਂ ਤੋਂ ਬਿਮਾਰ ਹੈ? ਕਹਿੰਦੇ ਜੀ ਇੰਨਾ ਚਿਰ ਹੋ ਗਿਆ ਜਦੋਂ ਤੇ ਬਾਦਸ਼ਾਹ ਬਣੇ ਆ। ਬਸ ਉਹਦੇ ਦਿਮਾਗ 'ਚ ਆ ਗਈ ਹਕੀਮ ਦੇ ਵੈਦ ਦੇ ਕਿ ਇਹਨੂੰ ਬਾਦਸ਼ਾਹ ਹੀ ਨਹੀਂ ਮਾਫ ਖਾਈ ਜੀ। ਇਹ ਪਹਿਲਾਂ ਕੌਣ ਸੀ, ਕੀ ਕੰਮ ਕਰਦੇ ਸੀ? ਕਹਿੰਦੇ ਜੀ ਪਹਿਲਾਂ ਜਮਾਦਾਰ ਸੀ, ਪਿੰਡ ਦਾ ਗੰਦਗੀ ਢੋਂਦਾ ਸੀ ਤੇ ਇਸ ਤਰੀਕੇ ਇਹ ਬਾਦਸ਼ਾਹ ਬਣੇ। ਬਸ ਉਦੋਂ ਹੀ ਵੈਦ ਦੇ ਦਿਮਾਗ ਚ ਆ ਗਈ ਕਿ ਇਹਨੂੰ ਬਾਦਸ਼ਾਹੀ ਦੀ ਸੁਗੰਧੀ, ਬਾਦਸ਼ਾਹੀ ਦੇ ਤਖ਼ਤ ਇਹਨੂੰ ਮਾਫ਼ ਨਹੀਂ ਆ, ਇਹਨੂੰ ਪਿੰਡ ਦਾ ਗੰਦ ਮਾਫ਼ ਕੇ, ਇਹਨੂੰ ਗੰਦਗੀ ਮਾਫ਼ ਕੇ, ਇਹਨੂੰ ਇਹ ਚੀਜ਼ਾਂ ਚੁੱਭਦੀਆਂ ਨੇ।
ਜਿਹਦੇ ਅੰਦਰ ਮਾੜੀਆਂ ਆਦਤਾਂ ਹੈ ਉਹਨੂੰ ਕਦੀ ਵੀ ਗੁਰਬਾਣੀ ਨੀ ਚੰਗੀ ਲੱਗੇਗੀ, ਕੀਰਤਨ ਨੀ ਚੰਗਾ ਲੱਗੇਗਾ, ਪਾਠ ਨੀ ਚੰਗਾ ਲੱਗੇਗਾ। ਜੇ ਗੁਰੂ ਘਰ ਉਹ ਆ ਜਾਏਗਾ, ਜੇ ਉਹਨੂੰ ਗੱਲਾਂ ਕਰਨ ਦੀ ਆਦਤ ਉਹ ਗੱਲਾਂ ਹੀ ਕਰੇਗਾ ਗਰੁੱਪ ਬਣਾ ਕੇ। ਜੇ ਉਹਨੂੰ ਖਾਣ ਪੀਣ ਦੀ ਆਦਤ ਆਣ ਕੇ ਖਾਣ ਪੀਣ ਹੀ ਸੁਗੰਧੀ ਲਏਗਾ। ਮਹਾਂਪੁਰਸ਼ ਕਹਿੰਦੇ ਸੀ ਚਾਰ ਤਰ੍ਹਾਂ ਦੇ ਸਰੋਤੇ ਆਉਂਦੇ ਆ ਸੰਗਤ ਵਿੱਚ। ਇੱਕ ਹੁੰਦੇ ਨੇ ਊਂਘੇ, ਇੱਕ ਸੂੰਘੇ, ਇੱਕ ਚੂੰਘੇ ਤੇ ਡੂੰਘੇ। ਊਂਘੇ ਜਿਹੜੇ ਨੇ ਆਣ ਕੇ ਬਸ ਊਂਘੇ ਹੀ ਰਹਿੰਦੇ ਆ, ਉਹ ਉਦੋਂ ਹੀ ਜ਼ਿਆਦਾ ਸੌਂ ਜਾਣਗੇ ਜਾਂ ਉਹਨਾਂ ਦੀ ਸੁਰਤ ਕਿਤੇ ਹੋਰ ਹੀ ਚਲੀ ਜਾਏਗੀ, ਕੋਈ ਗੱਲ ਨੀ ਸੁਣਨੀ ਕਥਾ ਕੀਰਤਨ ਦੀ। ਜਿਹੜੇ ਸੂੰਘੇ ਨੇ ਉਹ ਆਣ ਕੇ ਸੁਣਨਗੇ ਵੀ ਇੱਥੇ ਕੋਈ ਪ੍ਰਸ਼ਾਦ ਮਿਲਦਾ ਹੈ, ਖੀਰ ਵਰਤਦੀ ਕਿ ਕੜਾਹ ਵਰਤਦਾ ਹੈ ਕਿ ਚਾਹ ਵਰਤਦੀ ਕਿ ਜਲੇਬੀਆਂ ਲੱਗੀਆਂ ਹੋਈਆਂ, ਉਹਨਾਂ ਤੋਂ ਸੁੰਘਣਾ ਹੀ ਆਸਾ ਪਾਸਾ ਕਿਹੜਾ ਆ ਗਿਆ, ਕਿਹੜਾ ਚਲਾ ਗਿਆ, ਕਹਿੰਦੇ ਕਿਹੋ ਜਿਹੇ ਕੱਪੜੇ ਨੇ, ਕਹਿੰਦੇ ਕਿਹੋ ਜਿਹੇ, ਕਿਹੜਾ ਕੌਣ, ਉਹ ਲੋਕਾਂ ਵੱਲ ਹੀ ਸੁੰਘਦੇ ਫਿਰਦੇ ਆ। ਤੀਸਰੇ ਕਹਿੰਦੇ ਹੁੰਦੇ ਚੂੰਘੇ, ਉਹ ਆਣ ਕੇ ਬਹਿ ਕੇ ਸੰਗਤ ਵਿੱਚ ਬਾਣੀ ਦਾ ਰਸ ਚੂੰਘਦੇ ਆ, ਬਾਣੀ ਦਾ ਆਨੰਦ ਲੈਂਦੇ ਆ, ਕਥਾ ਕੀਰਤਨ ਦਾ ਆਨੰਦ ਲੈਂਦੇ ਆ। ਚੌਥੇ ਹੁੰਦੇ ਡੂੰਘੇ, ਉਹ ਫਿਰ ਸੁਣ ਸੁਣ ਕੇ ਹੋਰ ਗਹਿਰਾਈ ਚ ਜਾਂਦੇ ਆ, ਹੋਰ ਚੁੱਭੀ ਮਾਰਦੇ ਆ, ਉਹ ਲਾਹਾ ਖੜਦੇ ਆ। ਉਸ ਹਕੀਮ ਨੇ ਕਿਹਾ ਜੀ ਬਾਦਸ਼ਾਹ ਸਾਹਿਬ ਤਾਂ ਤੁਹਾਡੇ ਠੀਕ ਹੋ ਜਾਣਗੇ। ਕਹਿੰਦੀ ਫਿਰ ਕੋਈ ਦਵਾਈ ਬੂਟੀ ਕਿਹੜੀ ਦੇਣ, ਕਹਿੰਦੇ ਕਿਸੇ ਦਵਾਈ ਬੂਟੀ ਦੀ ਲੋੜ ਨਹੀਂ। ਇਹ ਬਾਦਸ਼ਾਹ ਸੀ ਪਹਿਲੋਂ ਜਮਾਦਾਰ ਭੰਗੀ ਸੀ, ਇਹਨੂੰ ਤਾਂ ਰੂੜੀਆਂ ਚ ਗੇੜਾ ਦਿਆ ਕਰੋ, ਬਸ ਦੋ ਤਿੰਨ ਘੰਟੇ ਨਾ ਇਹਦਾ ਰਾਤ ਰੂੜੀਆਂ ਚ ਭਜਾਇਆ ਕਰੋ, ਉਹ ਇਹਦੇ ਚੜੇਗਾ ਨਕੜੂ ਤੇ ਇਹਨੇ ਠੀਕ ਹੋਣਾ ਹੈ। ਜਿਹਨੂੰ ਇਹ ਕੁਝ ਪੱਖੜ ਦੀ ਆਦਤ ਹੈ ਉਹਨੂੰ ਸੰਗਤ ਨਹੀਂ ਚੰਗੀ ਲੱਗਦੀ, ਉਹ ਦਿਮਾਗ ਚ ਕੀਰਤਨ ਚ ਨਹੀਂ ਬੈਠਦੇ।